पंजाब की सियासत में आप देखते हैं कि बड़ा भूचाल उठा हुआ, नित नवीं पार्टियां बन रही, कदे जूझदा पंजाब जां कल किसानां ने बनाई एक किसान समाज मोर्चा, तो होर बहुत सारिया पार्टियां उठ रही, डड्डू छड़प्पे वज रहे हैं, कोई आम आदमी पार्टी वाला उधर तुरै जांदा, जां भाजपा वाले पंजाब दे विच दुआरे पैर पसार रहे हैं, होर पार्टियां चों उठ के भाजपा दे विच आ रहे हैं। इन्हां सारियां गल्लां दे दरम्यान एक नवीं पार्टी पंजाब दे विच होण चाहिए। मैं पिछले दिन ही दिलबाग सिंह सिवियां नाल एक इंटरव्यू भी की सी, पार्टी का नाम है चक लो रख लो पार्टी, प्रधान दिलबाग सिंह सिवियां अपने नाल, इन्होंने हलका गिदड़वाहा तो जिहड़े उम्मीदवार बलदेव सिंह कराईवाल नूं खड़े किया टिकट के दावेदार ने, कल उन्होंने एक पोस्ट भी पाई सी। आपां इस पार्टी बारे गलबात करांगे, पार्टी क्यों होंद चाही, क्यों यह चोणां लड़नियां चाहुंदे आ, जदकि पंजाब दे विच होर अनेक पार्टियां हैगियां ने, तां जो गलबात करदे आ। पहलां तां दोहां दा बहुत बहुत स्वागत बई जी, बहुत बहुत धन्नवाद जी। कोई दस नहीं, पहलां तां सब तो पहलां दिलबाग वड्डा सवाल वीरे इह आ कि उस दिन तुसीं कैपरी दे विच बैठे सी जदों आपां गलबात कीती आ जी, अज तुसीं पजामा कुर्ता उत्ते जैकट टक्की गल वोटां दा रंग चढ़ रिहा, ਇਹ ਕੁੱਦਾ ਸਿੰਘ ਜੀ ਮੈਂ ਜਦੋਂ ਦਾ ਐਲਾਨ ਕੀਤਾ ਆਪਾਂ ਇਲੈਕਸ਼ਨ ਲੜ ਰਹੇ ਹਾਂ, ਉਦੋਂ ਦਾ ਮੈਂ ਉਹਨਾਂ ਕੱਪੜਿਆਂ ਦੇ ਵਿੱਚ ਲੋਕਾਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ, ਉਦੋਂ ਜਿੱਦਾਂ ਮੈਂ ਕੈਪਰੀ ਪਾ ਕੇ ਟੀ ਸ਼ਰਟ ਪਾ ਕੇ ਚਲਾ ਜਾਂਦਾ ਸੀ ਜੀ ਬਾਈ, ਬਟ ਸਾਡੇ ਲੋਕ ਨੇ ਉਹਨਾਂ ਨੇ ਮੈਨੂੰ ਸੀਰੀਅਸ ਨਹੀਂ ਲਿਆ, ਉਹਨਾਂ ਨੂੰ ਐਂ ਲੱਗਿਆ ਵੀ ਯਾਰ ਇਹ ਬੰਦਾ ਲੀਡਰ ਹੈਣੀਗਾ, ਵੀ ਇਹ ਤਾਂ ਯਾਰ ਐਵੇਂ ਆ ਕੇ ਸਾਨੂੰ ਗੱਲਾਂ ਹੀ ਸੁਣਾ ਕੇ ਮੁੜ ਜਾਂਦਾ ਜੀ ਬਾਈ, ਪਰ ਉਸ ਤੋਂ ਬਾਅਦ ਹੁਣ ਮੈਂ ਕੁੜਤੇ ਪਜਾਮੇ ਸਵਾਏ ਆ, ਜੈਕਟਾਂ ਸਵਾਈਆਂ ਨੇ, ਹੁਣ ਜਦੋਂ ਮੈਂ ਲੋਕਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਤੇ ਲੋਕਾਂ ਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਪ੍ਰਧਾਨ ਜੀ ਆ ਗਏ ਆ, ਤੇ ਲੋਕਾਂ ਨੇ ਮੈਨੂੰ ਸੀਰੀਅਸ ਲੈਣਾ ਸ਼ੁਰੂ ਕਰ ਲਿਆ, ਕਿਉਂਕਿ ਸਾਡੀ ਪੰਜਾਬ ਦੀ ਜਿਹੜੀ ਰਾਜਨੀਤੀ ਉਹਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਚਿੱਟੇ ਕੁੜਤੇ ਪਜਾਮੇ ਦਾ ਬੜਾ ਕਰੇਜ਼ ਆ, ਜਿੰਨਾ ਚਿਰ ਤੱਕ ਤੁਸੀਂ ਚਿੱਟਾ ਕੁੜਤਾ ਪਜਾਮਾ ਨਹੀਂ, ਹੁਣ ਅਸੀਂ ਬਲਦੇਵ ਸਿੰਘ ਜੀ ਨੂੰ ਉਮੀਦਵਾਰ ਲਾਣ ਦਿੱਤਾ, ਇਹਨਾਂ ਦੇ ਪੰਜ ਕੁੜਤੇ ਪਜਾਮੇ ਦਾ ਆਰਡਰ ਵੀ ਅਸੀਂ ਦਿੱਤਾ ਜੀ ਬਾਈ, ਜਿੰਨਾ ਚਿਰ ਚਿੱਟਾ ਕੁੜਤਾ ਪਜਾਮਾ ਪਾ ਕੇ ਤੁਸੀਂ ਨਿਕਲਦੇ ਨਹੀਂਗੇ, ਉਤੋਂ ਦੀ ਜੈਕਟ ਨਹੀਂ ਪਾਈ ਹੁੰਦੀ, ਉਹਨਾਂ ਚਿਰ ਜਿਹੜੇ ਫਿਰ ਤੁਹਾਡੇ ਜਿਵੇਂ ਹੁਣ ਆਪਣਾ ਚਾਪਲੂਸ ਵਿੰਗ ਆ ਜਾਂ ਹੋਰ ਤਰ੍ਹਾਂ ਦੇ ਵਿੰਗ ਆ, ਉਹ ਬੰਦੇ ਨੇ ਫਿਰ ਉਹ ਤੁਹਾਡੇ ਨਾਲ ਜੁੜਦੇ ਨਹੀਂ ਹੈਗੇ, ਇਸ ਕਰਕੇ ਤਾਂ ਕਰਕੇ ਜੀ ਮੈਨੂੰ ਜਿਹੜਾ ਕੱਪੜੇ ਹੈਗੇ ਉਹ ਚੇਂਜ ਕਰਨੇ ਪੈ ਰਹੇ। ਮਤਲਬ ਕਿ ਡਰੈਸ ਕੋਡ ਆ ਮੰਤਰੀਆਂ ਦਾ? ਬਿਲਕੁਲ ਜੀ ਬਿਲਕੁਲ, ਤੁਸੀਂ ਦੇਖ ਲਓ ਕਿਹੜੇ ਮੰਤਰੀ ਆ ਜਿਹੜੇ ਚਿੱਟੇ ਕੁੜਤੇ ਪਜਾਮੇ ਨਹੀਂ ਪਾਉਂਦੇ। ਜੀ ਬਿਲਕੁਲ ਬਿਲਕੁਲ। ਅੱਛਾ ਇੱਕ ਆਪਾਂ ਪਾਰਟੀ ਦੇ ਮੈਨੀਫੈਸਟੋ ਦੀ ਗੱਲਬਾਤ ਕਰ ਵੀ ਲਈ ਸੀ, ਪਰ ਜਿਹੜੇ ਆਪਾਂ ਨੂੰ ਨਵੇਂ ਦੇਖਣ ਵਾਲੇ ਹੋਣਗੇ ਇੱਕ ਵਾਰੀ ਦੱਸ ਦਿਓ ਤੁਹਾਡੀ ਪਾਰਟੀ ਦਾ ਏਜੰਡਾ ਕੀ ਆ? ਸਾਡੀ ਪਾਰਟੀ ਦਾ ਏਜੰਡਾ ਹੈਗਾ ਜੀ ਲੋਕਾਂ ਨੂੰ ਵਿਹਲੇ ਰੱਖਣਾ। ਸਾਡੇ ਲੋਕ ਨੇ ਜਿਹੜੇ ਉਹਨਾਂ ਨੂੰ ਜਿਵੇਂ ਤੁਸੀਂ ਦੇਖੋ ਸੋਸ਼ਲ ਮੀਡੀਆ ਉੱਤੇ ਹੀ ਉਹਨਾਂ ਕੋਲ ਇੰਨੇ ਜ਼ਿਆਦਾ ਮੁੱਦੇ ਨੇ ਕਿ ਉਹਨਾਂ ਨੇ ਉੱਥੇ ਜਾ ਕੇ ਗੱਲਬਾਤ ਕਰਨੀ ਹੁੰਦੀ ਹੈ, ਇਸ ਕਰਕੇ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੈਗੀ ਆ ਵੀ ਲੋਕਾਂ ਕੋਲ ਕੋਈ ਕੰਮ ਨਾ ਹੋਵੇ ਜੀ, ਲੋਕ ਵਿਹਲੇ ਰਹਿਣ, ਬਿਲਕੁਲ ਨਾ ਉਹਨਾਂ ਨੂੰ ਕੰਮ 'ਤੇ ਜਾਣਾ ਪਵੇ, ਉਹਨਾਂ ਨੂੰ ਸਾਰਾ ਕੁਛ ਜਿਹੜੀ ਜਿੰਨੀਆਂ ਵੀ ਉਹਨਾਂ ਦੀਆਂ ਲੋੜਦੀਆਂ ਚੀਜ਼ਾਂ ਹੈਗੀਆਂ ਨੇ, ਉਹ ਚਾਹੇ ਦਾਰੂ ਹੈ, ਉਹ ਚਾਹੇ ਕੱਪੜੇ ਆ, ਚਾਹੇ ਉਹ ਖਾਣ ਪੀਣ ਦੀਆਂ ਚੀਜ਼ਾਂ ਨੇ, ਕੁਛ ਵੀ ਹੈ ਜਿਹਨਾਂ ਨੂੰ ਮੈਂ ਗੱਲ ਕਰਾਂ ਕਿ ਉਹ ਹਰੇਕ ਚੀਜ਼ ਹੈ ਜਿਹੜੀ ਅਸੀਂ ਲੋਕਾਂ ਨੂੰ ਘਰੇ ਬੈਠੇ ਮੁਹੱਈਆ ਕਰਾਈਏ, ਤਾਂ ਕਿ ਉਹ ਵੱਧ ਤੋਂ ਵੱਧ ਆਪਣਾ ਜਿਹੜਾ ਸਮਾਂ ਹੈਗਾ ਉਹ ਸੋਸ਼ਲ ਮੀਡੀਆ ਨੂੰ ਦੇ ਸਕਣ। ਅਸੀਂ ਵੀ ਲੋਕਾਂ ਨੂੰ ਜਮ੍ਹਾਂ ਨਿਕੰਮੇ ਕਰਨਾ, ਹਰੇਕ ਚੀਜ਼ ਨੂੰ ਫ੍ਰੀ ਦੇਣੀ ਆ, ਦੇਣੀ ਵੀ ਮਤਲਬ ਵਲਫੇਅਰ ਪਾ ਕੇ ਆ, ਲੋਕਾਂ ਦੀ ਆਟਾ ਲੋਕਾਂ ਤੋਂ ਮਤਲਬ ਟੈਕਸ ਟੂਕਸ ਲਾ ਦੇਣਾ ਜਾਂ ਹੋਰ ਕੰਮ ਕਰਕੇ ਦੇ, ਉੱਧਰੋਂ ਲੋਕਾਂ ਤੋਂ ਲੈ ਲੈਣੇ, ਬਿੱਲ ਵਧਾ ਦਿਆਂਗੇ, ਬਿੱਲ ਜਿੱਥੇ 5 ਰੁਪਏ ਦੀ ਯੂਨਿਟ ਸੀਗੀ ਉੱਥੇ ਆਪਾਂ 8-10 ਦੀ ਕਰ ਦਿਆਂਗੇ, ਐਂ ਵਧਾ ਤਾ, ਹੋਰ ਟੈਕਸ ਵਧਾ ਦਿਆਂਗੇ, ਚੀਜ਼ਾਂ ਮਹਿੰਗੀਆਂ ਕਰ ਦਿਆਂਗੇ, ਉੱਧਰੋਂ ਖਿੱਚ ਕੇ ਲੋਕਾਂ ਨੂੰ ਫ੍ਰੀ ਆਟਾ ਦਾਲਾਂ ਦੂਲਾਂ ਦੇ ਚੱਲਾਂਗੇ, ਮਤਲਬ ਅਸੀਂ ਕੰਮ ਨਹੀਂ ਕਰਨ ਲੱਗਣਾ। ਹੁਣ ਜਿਵੇਂ ਕੇਜਰੀਵਾਲ ਨੇ ਜਿਵੇਂ ਕਿਹਾ ਸੀ ਨਾ ਅਸੀਂ 200 ਯੂਨਿਟ ਜਾਂ 300 ਯੂਨਿਟ ਦਿਆਂਗੇ, ਬਾਦਲ ਸਾਹਿਬ ਨੇ ਕਿਹਾ ਸੀ ਉਦੋਂ ਪਹਿਲਾਂ ਆਪਾਂ ਐਲਾਨ ਕਰ ਚੁੱਕੇ ਸੀਗੇ ਵੀ ਅਸੀਂ ਬਿਜਲੀ ਬਿਲਕੁਲ ਫ੍ਰੀ ਦਿਆਂਗੇ, ਤੇ ਉਦੋਂ ਬਾਅਦ ਜੇ ਇੱਕ ਖਾਸ ਰੇਟ ਤੋਂ ਉੱਤੇ ਜੇ ਤੁਸੀਂ ਜ਼ਿਆਦਾ ਬਿਜਲੀ ਵਰਤੋਗੇ, ਬਿਜਲੀ ਵਰਤਣ ਤੇ ਤੁਹਾਨੂੰ ਅਸੀਂ ਪੈਸੇ ਵੀ ਦਿਆ ਕਰਾਂਗੇ, ਤੇ ਉਹਦੇ ਲਈ ਅਸੀਂ ਸੋਲਰ ਲਾਵਾਂਗੇ ਸੜਕਾਂ ਦੇ ਉੱਤੇ, ਸੋਲਰ ਲਾ ਕੇ ਉੱਥੋਂ ਸਾਡੀ ਬਿਜਲੀ ਦਾ ਬੰਦੋਬਸਤ ਕਰਾਂਗੇ। ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਜਿਹੜੀ ਤਕਰੀਬਨ ਹਰ ਇੱਕ ਚੀਜ਼ ਜਿਹੜੀ ਉਹਨਾਂ ਨੂੰ ਲੋੜ ਦੀ ਹੈਗੀ ਹੈ ਉਹ ਫ੍ਰੀ ਮਿਲ। ਬਲਦੇਵ, ਤੁਹਾਨੂੰ ਕੱਲ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਪਾਰਟੀ ਪ੍ਰਧਾਨ ਨੇ ਟਿਕਟ ਦਿੱਤੀ ਆ ਹਲਕਾ ਗਿੱਦੜਬਾਹਾ ਤੋਂ, ਹੁਣ ਕੀ ਮਹਿਸੂਸ ਕਰਦੇ ਹੋ, ਕੀ ਕਰੋਗੇ? ਮੈਨੂੰ ਵੀ ਪਹਿਲੀ ਗੱਲ ਤਾਂ ਮਤਲਬ ਖੁਸ਼ੀ ਇਸ ਚੀਜ਼ ਦੀ ਕਿ ਬਾਈ ਉਹਨੇ ਰਿਸ਼ਤੇਦਾਰੀ ਨਿਭਾਈ ਆ, ਸਾਡਾ ਮਤਲਬ ਪਾਰਟੀ ਦੇ ਇਹ ਨਿਯਮ ਹੀ ਆ ਵੀ ਅਸੀਂ ਜਿਹੜੀ ਟਿਕਟ ਦੇਣੀ ਆ ਤਾਂ ਰਿਸ਼ਤੇਦਾਰ ਨੂੰ ਦੇਣੀ ਆ ਜੀ ਬਾਈ, ਤੇ ਜਾਂ ਜਿਹੜਾ ਵੀ ਤੁਹਾਨੂੰ ਵੱਧ ਫੰਡ ਦੇਊ ਉਹਨੂੰ ਦੇਣੀ ਆ, ਬਿਲਕੁਲ। ਤੇ ਟਿਕਟ ਦਿੱਤੀ ਹੈ ਪ੍ਰਧਾਨ ਸਾਹਿਬ ਜੀ ਨੇ, ਤੇ 5 ਸਾਲਾਂ 'ਚ ਆਪਾਂ ਹਲਕਾ ਗਿੱਦੜਬਾਹਾ ਦੀ ਪੂਰੀ ਚੱਖਣਾ ਪਟਣੀ ਆ, ਬਿਲਕੁਲ, ਜਿੰਨਾ ਕੁ ਬਾਈ ਹੋਰ ਮੇਰੇ ਤੋਂ ਉਮੀਦਾਂ ਹੈਗੀਆਂ ਉਹ ਤੋਂ ਵੱਧ ਗੰਦ ਪਾਉਣਾ ਆਪਾਂ। ਜੇ ਮੇਰਾ ਮਤਲਬ ਇਹ ਮੰਨਣਾ ਆ ਜਾਂ ਮੇਰੀ ਕੋਸ਼ਿਸ਼ ਆ ਵੀ ਗਿੱਦੜਬਾਹਾ ਹਲਕਾ ਅਸੀਂ ਇਹੋ ਜਿਹਾ ਬਣਾ ਦੇਣਾ ਵੀ ਪੰਜਾਬ 'ਚ ਸਭ ਤੋਂ ਵੱਧ ਨਜਾਇਜ਼ ਪਰਚੇ ਗਿੱਦੜਬਾਹਾ ਹਲਕੇ 'ਚ ਹੋਣ ਲੋਕਾਂ ਦੇ। ਇਹਨਾਂ ਨੂੰ ਟਿਕਟ ਦੇਣ ਦਾ ਕਾਰਨ ਜਿਹੜਾ ਹੈਗਾ ਸਾਡੀ ਇੱਕ ਸੋਸ਼ਲ ਮੀਡੀਆ ਦੀ ਟੀਮ ਲੱਗੀ ਹੋਈ ਆ ਕਿ ਅਸੀਂ ਪੰਜਾਬ ਦੇ ਵਿੱਚ ਵੀ ਜਿਹੜੇ ਬੰਦੇ ਹੈਗੇ ਨੇ ਵੱਧ ਤੋਂ ਵੱਧ ਜਿਹੜੇ ਵਿਹਲੇ ਰਹਿੰਦੇ ਨੇ ਜੀ, ਠੀਕ ਹੈ, ਜਾਂ ਉਹਨਾਂ ਦਾ ਲੋਕਾਂ ਨੂੰ ਇਸ ਸੇਧ ਦੇਣ ਵਾਲੇ ਪਾਸੇ ਧਿਆਨ ਆ, ਜਿਵੇਂ ਬਾਈ ਜੀ ਦੀਆਂ ਜਿਹੜੀਆਂ ਪੋਸਟਾਂ ਸੀਗੀਆਂ ਸਾਡੀ ਟੀਮ ਨੇ ਮੇਰੇ ਕੋਲ ਜਦੋਂ ਪਹੁੰਚਾਈਆਂ, ਜਿਵੇਂ ਇਹਨਾਂ ਨੇ ਦਾਰੂ ਬਾਰੇ ਲਿਖਿਆ ਕਿ ਦਾਰੂ ਪੀਣ ਦੇ ਤਰੀਕੇ ਦੱਸੇ ਜਾਂ ਹੋਰ ਸਾਰੀਆਂ ਗੱਲਾਂ, ਉੱਥੋਂ ਸਾਨੂੰ ਇਹ ਜ਼ਾਹਰ ਹੋ ਗਿਆ ਸੀਗਾ ਵੀ ਇਹ ਬੰਦਾ ਜਿਹੜਾ ਗਲਤ ਜਗ੍ਹਾ ਬੈਠਾ ਹੋਇਆ, ਇਹ ਡਿਜ਼ਰਵ ਕੁਛ ਹੋਰ ਕਰਦਾ, ਇਹ MLA ਸ਼ਿਪ ਡਿਜ਼ਰਵ ਕਰਦਾ, ਇਸ ਕਰਕੇ ਅਸੀਂ ਇਹਨਾਂ ਨਾਲ ਸੰਪਰਕ ਕੀਤਾ। ਉਸ ਤੋਂ ਬਾਅਦ ਜਿਹੜਾ ਤੁਹਾਨੂੰ ਇੱਕ ਮੈਂ ਦੱਸਿਆ ਸੀਗਾ ਵਾਅਦਾ ਕੀਤਾ ਹੋਇਆ ਸੀ ਪੰਜਾਬ ਦੇ ਲੋਕਾਂ ਨਾਲ ਕਿ ਜਿਹੜੀ ਅਸੀਂ ਸ਼ਰਾਬ ਹੈਗੀ ਆ ਉਹ ਪਾਈਪਾਂ ਜ਼ਰੀਏ ਟੂਟੀਆਂ ਲਾ ਕੇ ਘਰ ਘਰ ਪਹੁੰਚਾਵਾਂਗੇ, ਅਤੇ ਅੱਜ ਅਸੀਂ ਅਨਾਊਂਸ ਕਰਦੇ ਹਾਂ ਤੁਹਾਡੇ ਚੈਨਲ ਦੇ ਉੱਤੇ ਵੀ ਕਿ ਜਿਹੜਾ ਉਹ ਮਹਿਕਮਾ ਹੈਗਾ ਉਹ ਬਲਦੇਵ ਸਿੰਘ ਕਰਾਈ ਵਾਲਾ ਨੂੰ ਜਿਤਾਉਣ ਗਿੱਦੜਬਾਹਾ ਦੇ ਲੋਕ, ਅਤੇ ਉਹ ਘਰ ਘਰ ਦਾਰੂ ਪਹੁੰਚਾਉਣ ਦਾ ਜਿਹੜਾ ਮਹਿਕਮਾ ਉਹ ਇਹ ਬਲਦੇਵ ਸਿੰਘ ਕੋਲ ਹੋਊਗਾ, ਉਹਦੀ ਦੇਖ ਰੇਖ ਇਹੀ ਕਰਨਗੇ।
ਵੀ ਉਹਨਾਂ ਨੇ ਪਾਈਪਾਂ ਪਟਵਾਉਣੀਆਂ ਨੇ ਜਾਂ ਉਹ ਪਾਈਪਾਂ ਦੇ ਨਾਲ ਟੂਟੀਆਂ ਫਿਕਸ ਕਰਾਉਣੀਆਂ। ਸਾਡੀ ਪਲੈਨਿੰਗ ਹੈਗੀ ਵੀ ਜਦੋਂ ਸ਼ਰਾਬ ਸਾਡਾ ਕੰਮ ਕਾਮਯਾਬ ਹੋ ਗਿਆ ਉਸੇ ਪਾਈਪਾਂ ਦੇ ਵਿੱਚ ਅਸੀਂ ਮਤਲਬ ਕਨੈਕਟ ਤਾਰਾਂ ਪਾਵਾਂਗੇ ਲੋਕਾਂ ਨੂੰ ਵਾਈਫਾਈ ਨਾਲ ਜੋੜਾਂਗੇ, ਫੇਸਬੁੱਕ ਗੂਗਲ ਹੋਗਾ ਜਿਵੇਂ ਜਾਂ ਨੈਟਫਲਿਕਸ ਨੈਟਫਲਿਕਸ ਲਟਰ ਬਟਰ ਜੋ ਵੀ ਹੈਗਾ ਉਹ ਸਾਰੇ ਮਤਲਬ ਘਰ ਘਰ ਪਹੁੰਚਾਵਾਂਗੇ ਅਸੀਂ। खूबसूरती है ਵੀ ਮੈਂ ਚਾਹੇ ਪ੍ਰਧਾਨ ਹੈ, ਸਾਡੀ ਪਾਰਟੀ ਦੇ ਵਿੱਚ ਡੈਮੋਕ੍ਰੇਸੀ ਹੈ ਕਿ ਜੇ ਇਹ ਪ੍ਰਧਾਨ ਦੇ ਮਤਲਬ ਸ਼ਬਦ ਕੱਟ ਕੇ ਬੋਲ ਸਕਦਾ ਹੈ। ਕੋਈ ਵੀ ਪਾਰਟੀ ਦੇਖ ਲਓ ਤੁਸੀਂ ਪੰਜਾਬ ਦੇ ਵਿੱਚ ਜਦੋਂ ਪ੍ਰਧਾਨ ਬੋਲਦਾ ਹੋਵੇ ਕੋਈ ਨਹੀਂ ਬੋਲਦਾ ਹੁੰਦਾ, ਹੁਜ ਮਾਰਦੇ ਆ, ਹੁਜ ਮਾਰਦੇ ਆ ਜਾਂ ਨਾਲ ਦੇ ਚੁੱਪ ਕਰਾ ਲੈਂਦੇ ਆ, ਤੁਹਾਡਾ ਹੀ ਮਾਰ ਚੁੱਪ ਕਰਾ ਲੈਂਦੇ ਨਾਲ ਦੇ। ਬਟ ਇਹ ਸਾਡੀ ਪਾਰਟੀ ਦੀ ਇਹੀ ਖੂਬਸੂਰਤੀ ਹੈ ਵੀ ਕੱਲ ਨੂੰ ਹੋ ਸਕਦਾ ਵੀ ਸਾਡੀ ਪਾਰਟੀ ਦੇ ਵਿੱਚ ਜੇ ਮੇਰੇ ਤੋਂ ਕੋਈ ਗਲਤੀ ਹੁੰਦੀ ਹੈ ਤੇ ਇਹ ਬਿਆਨ ਦੇਣ, ਉਸ ਚੀਜ਼ ਨੂੰ ਅਸੀਂ ਇਹੀ ਲਵਾਂਗੇ ਵੀ ਸਾਡੇ ਖਿਲਾਫ ਇਹ ਪਲੈਨਿੰਗ ਵੀ ਜੇ ਮੰਨ ਕੇ ਚਲੋ ਕਿਸੇ ਐਮਐਲਏ ਦੀ ਚਗਲਾ ਵੱਧ ਵਜਦੀ ਹੈ 5 ਸਾਲ 'ਚ ਤਾਂ ਪਾਰਟੀ ਪ੍ਰਧਾਨ ਨੂੰ ਲਾ ਕੇ ਉਹ ਪ੍ਰਧਾਨ ਬਣਾਵਾਂਗੇ ਅਸੀਂ ਜੀ। ਠੀਕ ਹੈ, ਹਾਂ ਇਹ ਦੇਖੋ ਬਿਆਨ ਦੇ ਰਹੇ ਆ, ਮੈਂ ਇਹਨਾਂ ਨੂੰ ਕੁਝ ਕਹਿ ਦਿੰਦੀ ਆ, ਹਜੇ ਕੱਲ ਹੀ ਇਹਨਾਂ ਨੂੰ ਅਸੀਂ ਪਾਰਟੀ ਕੈਂਡੀਡੇਟ ਅਨਾਊਂਸ ਕੀਤਾ, ਅੱਜ ਮੇਰੇ ਨਾਲ ਖੜ ਕੇ ਇੰਟਰਵਿਊ ਦੇ ਵਿੱਚ ਬਰਾਬਰ ਮੇਰੇ ਤੋਂ ਜ਼ਿਆਦਾ ਇਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ। ਉਹਦਾ ਕਾਰਨ ਇਹ ਹੈ ਕਿ ਦੂਜੀਆਂ ਪਾਰਟੀਆਂ ਇਦਾਂ ਕਰਦੀਆਂ ਨਹੀਂ, ਉਹਨਾਂ ਨੂੰ ਜਾਂ ਤਾਂ ਕੋਈ ਪਰਿਵਾਰ ਚਲਾਉਂਦਾ ਜਾਂ ਉਹ ਦਿੱਲੀ ਤੋਂ ਚੱਲਦੀਆਂ ਨੇ ਜਾਂ ਇੱਕ ਖਾਸ ਬੰਦਾ ਹੀ ਉਹਨਾਂ ਦਾ ਕਨਵੀਨਰ ਬਣਿਆ ਹੁੰਦਾ, ਪਰ ਸਾਡੀ ਪਾਰਟੀ ਦੇ ਵਿੱਚ ਅਜਿਹਾ ਕੁਝ ਨਹੀਂ ਹੈਗਾ। ਮੈਨੂੰ ਲੱਗਦਾ ਹੋ ਸਕਦਾ ਕੱਲ੍ਹ ਨੂੰ ਬਲਦੇਵ ਸਿੰਘ ਕਰਾਈ ਵਾਲਾ ਸਾਡੀ ਪਾਰਟੀ ਦੇ ਪ੍ਰਧਾਨ ਹੋਣ ਤੇ ਮੈਂ ਇਹਨਾਂ ਦੇ ਬਰਾਬਰ ਖੜਾ ਹਾਂ। ਸਾਡੀ 5 ਸਾਲਾਂ ਦੇ ਵਿੱਚ ਮੰਨ ਲਓ ਇੱਕ ਅੱਧੀ ਨੀਲੀ ਫਿਲਮ ਆ ਗਈ, ਉਹ ਬੰਦਾ ਪਾਰਟੀ ਪ੍ਰਧਾਨ ਆ। ਹਾਂਜੀ ਠੀਕ ਹੈ ਬਿਲਕੁਲ। ਅੱਛਾ ਇੱਕ ਵੱਡਾ ਸਵਾਲ ਆ, ਆਪਾਂ ਨਾਲ ਨਾਲ ਤੁਰਦੇ ਵੀ ਆ ਜੀ, ਆਪਾਂ ਥਰਮਲ ਦੇ ਕੋਲੇ ਖੜੇ ਆ ਜੀ, ਇਹ ਵੀ ਸੱਚ ਵਿਕ ਗਿਆ ਜੀ, ਕੁਝ ਇਹੋ ਜਿਹਾ ਵੀ ਕਰੋਗੇ ਤੁਸੀਂ, ਵੇਚੋਗੇ ਵੀ ਕੁਝ? ਹਾਂ ਜੀ, ਮਗਰ ਕੋਈ ਬਚੂਗਾ ਮਾਲ ਜਿਹੜਾ ਰਹਿ ਗਿਆ ਉਹ ਫਿਰ ਅਸੀਂ ਵੇਚ। ਸ਼ਮਸ਼ਾਨ ਘਾਟ ਤੇ ਸਾਡਾ ਹੈਗਾ ਜੀ ਸਿਸਟਮ, ਠੀਕ ਹੈ ਜੀ, ਲੱਗਦਾ ਵੀ ਸ਼ਮਸ਼ਾਨ ਘਾਟ ਮੇਰੇ ਖਿਆਲ ਹਜੇ ਉਵੇਂ ਪਏ ਆ, ਸਾਡੀ ਕੋਸ਼ਿਸ਼ ਹੈਗੀ ਆ ਵੀ ਜੇ ਸ਼ਮਸ਼ਾਨ ਘਾਟ ਵਿਕ ਜਾਣ ਆਉਣ ਵਾਲੇ ਸਮੇਂ ਦੇ ਉੱਤੋਂ, ਉੱਥੋਂ ਜਿਹੜਾ ਸਾਨੂੰ ਪੈਸਾ ਆਊਗਾ ਉਸ ਪੈਸੇ ਨਾਲ ਹੀ ਅਸੀਂ ਜਿਹੜਾ ਤੁਹਾਨੂੰ ਕਿਹਾ ਸੀਗਾ ਵੀ ਹਫ਼ਤੇ 'ਚ 2 ਵਾਰੀ ਮੁਰਗਾ 2 ਵਾਰੀ ਬੱਕਰਾ ਅਤੇ ਅਕਲੀ ਤਰੀ ਵਾਲੇ ਆਂਡੇ ਜਿਹੜੇ ਅਸੀਂ ਪਹੁੰਚਾਵਾਂਗੇ, ਉਹ ਇੱਥੋਂ ਹੀ ਸਾਨੂੰ ਜਿਹੜਾ ਪੈਸਾ ਇਕੱਠਾ ਹੋਣਾ ਹੈਗਾ, ਫਿਰ ਹੀ ਅਸੀਂ ਪੈਸਾ ਇਕੱਠਾ ਕਰਕੇ ਲੋਕਾਂ ਦੀ ਭਲਾਈ ਦੇ ਕੰਮ ਵਾਸਤੇ ਲਾਉਣਾ। ਠੀਕ ਹੈ, ਇੱਕ ਵੱਡਾ ਸਵਾਲ ਆ ਬਲਦੇਵ ਤੈਨੂੰ ਆ, ਪੰਜਾਬ ਦੇ, ਮਾਫ ਕਰਨਾ ਮੈਂ ਤੈਨੂੰ ਕਿਹਾ, ਹਾਲਾਂਕਿ ਐਮਐਲਏ ਦੇ ਦਾਅਵੇਦਾਰ ਨੂੰ ਬੋਲ ਨਹੀਂ ਸਕਦੇ, ਅਸੀਂ ਕਹਿ ਕੇ ਸੈਕਟਰੀ ਨੂੰ ਅਸੀਂ ਕਰਵਾ ਦੇਣਾ, ਨੋਟ ਕਰਵਾ ਦੇਣਾ ਸਾਡੀ ਸਰਕਾਰ, ਸਾਡੇ ਕੋਲੇ ਪੂਰੀ ਡਾਇਰੀ ਹੈ, ਕਿਸੇ ਕੋਲੇ ਨੀਲੀਆਂ ਡਾਲੀਆਂ, ਕਿਸੇ ਕੋਲੇ ਪੀਲੀਆਂ ਡਾਇਰੀਆਂ, ਸਾਡੇ ਕੋਲੇ ਪੂਰੀ ਡਾਇਰੀ ਆ। ਪੰਜਾਬ ਦੇ ਪਾਣੀਆਂ ਦੇ ਮੁੱਦੇ ਲਈ ਕੀ ਕਰੋਗੇ? ਸਾਰੀਆਂ ਪਾਰਟੀਆਂ ਚੱਲੀ ਜਾਂਦਾ 1000 ਰੁਪਇਆ ਦੇਵਾਂਗੇ, ਆਟਾ ਦਾਲ ਸਾਰਾ ਕੁਝ ਚੱਲ ਰਿਹਾ, ਪੰਜਾਬ ਦੇ ਪਾਣੀਆਂ ਦਾ ਮੁੱਦਾ ਵੱਡਾ ਮਸਲਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਇੱਕ ਤਾਂ ਪਾਣੀ ਦੇ ਮੁੱਦੇ ਤੇ ਮਤਲਬ ਬੈਸਿਕਲ ਇਹ ਕਿ ਬੜਾ ਵੱਡਾ ਮੁੱਦਾ ਹੈ ਨਹੀਂ ਗਾ, ਪਾਣੀ ਪੂਣੀ ਦੀ ਕੋਈ ਗੱਲ ਹੈ ਨਹੀਂ, ਮਰ ਵਾਧੂ ਪਾਣੀ ਫਿਰਦਾ ਕਿੰਨਾ ਪਾਣੀ ਖੜਾ ਮਗਰ, ਪਰ ਫਿਰ ਵੀ ਮਸ਼ੀਨਾਂ ਲਿਆਉਣੀਆਂ ਬਾਹਰੋਂ, ਉਹ ਮਸ਼ੀਨਾਂ ਇਹੋ ਜਿਹੀਆਂ ਹੋਣਗੀਆਂ ਵੀ ਤੁਸੀਂ 5000 ਫੁੱਟ ਤੱਕ ਥੱਲੇ ਬੋਰ ਕਰ ਸਕਦੇ, 700-800 ਫੁੱਟ ਤੱਕ ਦਾ ਪੰਜਾਬ ਦਾ ਪਾਣੀ ਆਪਾਂ ਕੱਢ ਰਹੇ ਹਾਂ। ਛੋਟੀਆਂ ਗੱਲਾਂ ਨੇ, ਸਾਡੀ ਪਾਰਟੀ ਬਾਹਰੋਂ ਪ੍ਰੋਜੈਕਟ ਲੈ ਕੇ ਆਊਗੀ, ਮਸ਼ੀਨਾਂ ਵੱਡੀਆਂ ਪਾਈਪਾਂ ਆਉਣਗੀਆਂ, ਫਿਰ ਅਸੀਂ ਸਾਡੇ ਸੌਫਟਵੇਅਰ ਇੰਜੀਨੀਅਰ ਕੰਪਨੀ ਨਾਲ ਗੱਲ ਹੋਈ ਜਾਂਦੀ ਵੀ ਤੁਸੀਂ ਘਰੇ ਬੈਠੇ ਮੋਟਰ ਛੱਡ ਸਕਦੇ ਹੋ, ਖੇਤ ਕੋਲ ਜਾਣ ਦੀ ਕੋਈ ਲੋੜ ਨਹੀਂ ਹੈਗੀ, ਜਾਂ ਜੇ ਜਿਹੜੀਆਂ ਜੇ ਮੰਨ ਕੇ ਚੱਲੋ ਐਸ ਜੇ ਫੋਰ ਦਾ ਟਾਈਮ ਬੀਂਗ ਜੇ ਤੁਸੀਂ ਕਹੋਗੇ ਅਗਲੇ 5 ਸਾਲਾਂ ਦੇ ਵਿੱਚ, ਉਹਦਾ ਫਿਰ ਇਹ ਹਾਲਾ ਹੈਗਾ ਜਿਹੜਾ ਵੀ 5000 ਵਾਲਾ ਬੋਰ ਆ ਜਿਹੜਾ ਹੋ ਸਕਦਾ ਸਾਡੀ ਅਗਲੀ ਟਰਮ 'ਚ ਕਰਨ ਦੀ ਨੌਬਤ ਆਵੇ, ਐਤਕੀ ਹੋ ਸਕਦਾ ਅਸੀਂ ਪਾਈਪਾਂ ਦੇ ਟੋਟੇ ਜਿਹੜੇ ਮੰਨ ਕੇ ਚੱਲੋ ਜਿਵੇਂ ਪਾਉਣਾ ਪੈਂਦਾ ਹਰੇਕ ਸਾਲ 10 ਫੁੱਟ ਪਾਉਣਾ ਪੈਂਦਾ ਹਰੇਕ ਸਾਲ 30 ਫੁੱਟ, ਉਹ ਜਿਹੜੇ ਪਾਈਪਾਂ ਦੇ ਟੋਟੇ ਆ ਉਹ ਸਾਡੀ ਪਾਰਟੀ ਦਿਆ ਕਰੂਗੀ। ਜਿਵੇਂ ਪਿੱਛੇ ਜੇ ਆਪਣੇ ਪੰਜਾਬ 'ਚ ਪਾਣੀ ਆ ਗਏ, ਹੜ੍ਹ ਆ ਗਏ ਆਪਣੇ ਇਸ ਏਰੀਏ 'ਚ ਨਾ, ਅਤੇ ਉਦੋਂ ਸਰਕਾਰ ਨੇ ਤਰਪਾਲਾਂ ਵੰਡੀਆਂ ਸੀਗੀਆਂ ਲੋਕਾਂ ਨੂੰ, ਤਰਪਾਲਾਂ ਮਤਲਬ ਤਰਪਾਲਾਂ ਦੇ ਕੇ ਵੋਟਾਂ ਵੋਟਾਂ ਲਈਆਂ ਸੀਗੀਆਂ, ਅਸੀਂ ਪਾਈਪਾਂ ਦੇਵਾਂਗੇ ਲੋਕਾਂ ਨੂੰ, ਤੁਸੀਂ ਕੈਪੀਆਂ ਕਰਨੀਆਂ ਜਾਂ ਹੋਰ ਕੁਛ ਕਰਨਾ, ਤਾਂ 20 ਫੁੱਟ ਦਾ ਟੋਟਾ ਵੋਟਾਂ ਵੇਖ ਕੇ, ਜਿਹਦੀਆਂ 2 ਵੋਟਾਂ ਉਹਨੂੰ 20 ਫੁੱਟ, ਜਿਹਦੀਆਂ 5 ਵੋਟਾਂ ਉਹਨੂੰ 50 ਫੁੱਟ, ਤੇ ਜਿਹੜਾ 40 ਵੋਟਾਂ ਪਵਾਊਗਾ, ਕੋਸ਼ਿਸ਼ ਕਰਾਂਗੇ ਉਹਨੂੰ ਕਨੈਕਸ਼ਨ ਫ੍ਰੀ ਦੇਈਏ ਅਸੀਂ। ਠੀਕ ਹੈ, ਬਾਚਾ ਪਾਣੀ ਮਤਲਬ ਕਿ ਤੁਸੀਂ ਚਾਹੁੰਦੇ ਵੀ ਪੰਜਾਬ ਦਾ ਕਿਸਾਨ ਔਖਾ ਨਾ ਹੋਵੇ, ਰਾਤ ਨੂੰ ਉੱਠ ਕੇ ਉਹਨੂੰ ਪਾਣੀ ਲਾਉਣ ਨਾ ਜਾਣਾ ਪਵੇ, ਉਹਨੂੰ ਕੱਸੀ ਨਹਿਰੀ ਪਾਣੀ ਤੁਸੀਂ ਚਾਹੁੰਦੇ ਵੀ ਪੰਜਾਬ ਦਾ ਜੇ ਬਾਹਰ ਜਾਂਦਾ ਤਾਂ? ਨਹੀਂ, ਉਹਦਾ ਕੋਈ ਵੱਡਾ ਇਸ਼ੂ ਨਹੀਂ ਹੈਗਾ, ਉਹ ਤਾਂ ਛੋਟੀ ਗੱਲ ਨਹੀਂ, ਉਹ ਲੀਡਰਾਂ ਨੇ ਸਾਨੂੰ ਪਿਛਲੇ ਐਵੇਂ 20-25 ਅੱਛਾ ਜਿਹੜਾ SVR ਲਾ ਤੁਸੀਂ ਕਹਿੰਦੇ ਹੋ ਵੀ ਵੋਟਾਂ ਵਾਲਾ ਜਿੰਨ ਹੈ ਉਦੋਂ ਕੱਢ ਲੈਂਦੇ ਆ ਵੋਟਾਂ, ਐਤਕੀ ਨਿਕਲਿਆ ਐਤਕੀ ਹਰਿਆਣਾ ਦੇ ਪੰਜਾਬ ਇਕੱਠੇ ਹੋ ਗਏ, ਐਤਕੀ ਉਹਦੀ ਕੋਈ ਗੱਲ ਹੀ ਨਹੀਂ ਕਰ ਰਿਹਾ, ਇਹ ਤਾਂ ਉਹ ਜਿਹੜੇ ਲੀਡਰਾਂ ਦੇ ਸੀ ਨਾ, ਐਵੇਂ ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਐਵੇਂ ਭਾਈਆਂ ਭਾਈਆਂ ਨੂੰ ਲੜਾਈ ਜਾਂਦੇ ਆ, ਬਾਕੀ ਪਾਣੀ ਕੋਈ ਇੰਨਾ ਕੁਦ ਜ਼ਿਆਦਾ ਚਾਹੀਦਾ ਨਹੀਂ ਹੁੰਦਾ ਬਾਈ, ਸ਼ਾਮ ਨੂੰ ਦੇਖੋ ਕੋਈ ਕਈ ਇਕੱਲਾ ਖਾਰੇ ਨਾਲ ਹੀ ਕੰਮ ਚਲਾ ਲੈਂਦੇ ਆ, ਜਾਂ ਕੋਈ ਬਿਸਲਰੀ ਦੀ ਇੱਕ ਪਾਣੀ ਦੀ ਬੋਤਲ ਚਾਹੀਦੀ ਹੁੰਦੀ ਆ, ਇੱਕ ਬੰਦੇ ਨੂੰ ਇੰਨਾ ਕੋਈ ਵੱਡੀ ਗੱਲ ਨਹੀਂ ਹੈਗੀ ਪਾਣੀ ਦੀ, ਬਾਕੀ ਸਾਡੇ ਇੱਕ ਸਾਡੇ ਸਲਾਹਕਾਰ ਨੇ ਹੈਗੇ ਸਾਡੇ ਬਾਈ ਜੀ, ਉਹਨਾਂ ਨੇ ਸਾਨੂੰ ਕਿਹਾ ਸੀਗਾ ਉਹਨਾਂ ਦੀ ਕੰਪਨੀ ਕੰਮ ਕਰ ਰਹੀ ਹੈਗੀ ਵੀ ਜਿਹੜਾ ਨਹਾਉਣ ਵਾਸਤੇ ਆਣਾ, ਜਿਵੇਂ ਹੁਣ ਹੱਥਾਂ ਦੇ ਵਿੱਚ ਦੇਖੋ ਸੈਨੇਟਾਈਜ਼ਰ ਆ ਗਏ ਜੀ, ਹੁਣ ਨਹਾਉਣ ਵਾਸਤੇ ਵੀ ਅਜੇ ਹੋ ਸਕਦਾ ਸਾਡੀ ਪਾਰਟੀ ਜੇ ਮੰਨ ਕੇ ਚੱਲੋ ਸਾਨੂੰ ਜਿਹੜੇ ਸਾਡੇ ਇੰਜੀਨੀਅਰ ਕੰਮ ਕਰ ਰਹੇ ਆ ਅਤੇ ਜਾਂ ਸਾਡੇ ਸਾਇੰਸਦਾਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੈਨੇਟਾਈਜ਼ਰ ਹੀ ਇੱਦਾਂ ਦੇ
ਇਹ ਮੁੱਦੇ ਨਹੀਂ ਹੈਗੇ ਕੁੱਤਾ ਸਿੰਘ, ਇਹ ਮੁੱਦੇ ਨਹੀਂ ਹੈਗੇ, ਇਹ ਫਿਰ ਮੁੱਦੇ ਬਣਾਏ ਜਾ ਰਹੇ ਆ। ਪਿਛਲੇ ਵਾਰ ਸਾਨੂੰ ਕਿਹਾ ਗਿਆ ਸੀਗਾ ਹੈ ਨਾ ਕਿ ਪੰਜਾਬ ਦੇਖੋ ਜੀ ਉੜਤਾ ਪੰਜਾਬ ਨਾਂ ਦੀਆਂ ਫਿਲਮਾਂ ਬਣਾ ਕੇ ਬਾਲੀਵੁੱਡ ਵਾਲਿਆਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਜਿਹੜਾ ਦੇਖਣਾ ਹੁੰਦਾ ਜੇ ਤੁਸੀਂ WHO ਦੇ ਅੰਕੜੇ ਦੇਖੋ, ਡੈਥ ਰੇਟ ਦੇਖੋ ਕਿੰਨਾ, ਡੈਥ ਰੇਟ ਤਾਂ ਹਰ ਸਾਲ ਘੱਟ ਰਿਹਾ ਕਿਉਂਕਿ ਬਿਮਾਰੀਆਂ ਦੇ ਇਲਾਜ ਆ ਰਹੇ ਆ। ਇਸ ਕਰਕੇ ਜਿਹੜਾ ਨਸ਼ੇ ਵਾਲਾ ਮੁੱਦਾ ਮੈਨੂੰ ਨਹੀਂ ਲੱਗਦਾ ਸਾਡੀ ਜਵਾਨੀ ਬਿਲਕੁਲ ਸਹੀ ਰਸਤੇ ਤੇ ਐਵੇਂ ਭਟਕਾਈ ਜਾ ਰਹੀ ਹੁੰਦੇ ਨਾ। ਲੀਡਰ ਸੇਵਾਦਾਰ ਹੁੰਦੇ ਲੋਕਾਂ ਦੇ, ਅਸੀਂ ਲੋਕਾਂ ਦੀ ਭਾਵਨਾ ਵੇਖ ਕੇ ਲੋਕਾਂ ਲਈ ਕੰਮ ਕਰਨੇ ਹੁੰਦੇ ਆ। ਮੈਂ ਆਪਦੇ ਹਲਕੇ ਦੇ ਵਿੱਚ ਆਪਣੇ ਪੱਧਰ ਤੇ ਇੱਕ ਟੀਮਾਂ ਤਿਆਰ ਕਰ ਰਿਹਾ 10-10 15-15 ਬੰਦਿਆਂ ਦੀਆਂ। ਉਹ ਕੀ ਕਰਿਆ ਕਰਨ, ਸਾਡੇ ਹੁਣ ਮੁੰਡੇ ਵੀ ਕਮਜ਼ੋਰ ਹੋ ਗਿਆ, ਉਹਨਾਂ ਤੋਂ ਲਾਈਟਰ ਥੱਲੇ ਲੱਗਦਾ ਨਹੀਂ ਪ੍ਰੋਪਰ, ਉਹ ਕੰਬੀ ਜਾਂਦੇ ਆ, ਹੱਥ ਕੰਬਦੇ, ਹੱਥ ਕੰਬਦੇ, ਉਹ ਲਾਈਟਰ ਪੰਨੀ ਲੈ ਕੇ ਜਾਇਆ ਕਰਨਗੇ, ਮੁੰਡੇ ਨੂੰ ਪਿਆ ਕੇ ਆਇਆ ਕਰਨਗੇ ਜਿੱਦਾਂ 15 ਦਾ। ਇਹ ਮੁੱਦਾ ਹੈ ਨਹੀਂਗਾ, ਮੁੱਦਾ ਨਹੀਂ ਹੈਗਾ, ਇੰਜੋਏ ਕਰਨਾ, ਯੂਥ ਇੰਜੋਏ ਕਰਨਾ। ਬਿਲਕੁਲ ਬਿਲਕੁਲ ਬਿਲਕੁਲ, ਤੁਹਾਡੀ ਕੋਸ਼ਿਸ਼ ਇਹ ਹੋਊਗੀ ਵੀ 15-15 ਬੰਦੇ ਦੀ ਟੀਮਾਂ ਬਣਾ ਕੇ ਪਿੰਡ ਭੇਜੀਏ ਤੇ ਉਹ ਪਿਆ ਕੇ ਆਇਆ ਕਰਨਗੇ ਆਪ, ਵੀ ਜੇ ਕੋਈ ਬੰਦਾ ਕੰਬੀ ਜਾਂਦਾ ਬੜਾ ਕਮਜ਼ੋਰ ਹੋ ਗਿਆ, ਧਿਆਨ ਰੱਖਿਆ ਜਾਊ ਪੂਰਾ ਵਾਲੀ। ਉਹ ਜਿਹੜਾ ਪਿਛਲੇ ਇਹਨਾਂ ਨੇ ਗਲਤ ਮਾਲ ਸਪਲਾਈ ਕਰਤਾ ਨਾ ਬਲਦੇਵ ਦਾ, ਕਹਿਣ ਦਾ ਮਤਲਬ ਇਹ ਆ ਵੀ ਇਹਨਾਂ ਨੇ ਮਿਲਾਵਟੀ ਮਾਲ ਆ ਜਿਹੜਾ ਸਪਲਾਈ ਕੀਤਾ ਉਹਦੇ ਕਰਕੇ। ਅੱਛਾ, ਇੱਕ ਸਵਾਲ ਦਾ ਤੁਸੀਂ ਜਵਾਬ ਦਿੱਤਾ ਸੀ ਵੀ ਤੁਸੀਂ ਬਲਦੇਵ ਨੂੰ ਇਹ ਦੇਖ ਕੇ ਕੀਤਾ ਵੀ ਇਹ ਸ਼ਰਾਬ ਪੀਣ ਲਈ ਨੌਜਵਾਨੀ ਨੂੰ ਮੋਟੀਵੇਟ ਕਰਦਾ, ਤੁਸੀਂ ਇਹਨੂੰ ਆਪਦਾ ਪਾਰਟੀ ਦੇ ਵਿੱਚ ਇਹਨੂੰ ਥਾਂ ਦਿੱਤੀ ਆ, ਹੋਰ ਕੀ ਐਲੀਜੀਬਿਲਟੀਜ਼ ਆ, ਕੀ ਕਾਬਲੀਅਤਾਂ ਚਾਹੀਦੀਆਂ ਨੇ? ਘੱਟੋ ਘੱਟ 5 ਪਰਚੇ। ਕੀ ਬਾਤ ਹੈ, ਜਿਹੜਾ ਬੰਦਾ ਸਾਡੇ ਤੋਂ ਟਿਕਟ ਲੈਣਾ ਚਾਹੁੰਦਾ ਉਹਦੇ ਤੇ ਘੱਟੋ ਘੱਟ 5 ਪਰਚੇ ਹੋਏ ਹੁਣ। ਸਭ ਤੋਂ ਪਹਿਲੀ ਐਲੀਜੀਬਿਲਟੀ ਇਹ ਆ, ਬਾਕੀ ਗੱਲਾਂ ਸਾਰੀਆਂ ਬਾਅਦ 'ਚ ਹੈ, ਕਿਉਂਕਿ ਸਾਨੂੰ ਮਤਲਬ ਇਹੋ ਜਿਹੇ ਬੰਦੇ ਚਾਹੀਦੇ ਆ, ਅਸੀਂ ਲੁੱਟਣਾ ਤੇ ਕੁੱਟਣਾ ਨਾਲ ਨਾਲ, ਤੇ ਉਹਦੇ ਕਰਕੇ ਸਾਨੂੰ ਇਹੋ ਜਿਹੇ ਬੰਦੇ ਚਾਹੀਦੇ ਜਿਹਦੇ ਤੇ ਘੱਟੋ ਘੱਟ 5 ਪਰਚੇ। ਟੀਮ ਤਿਆਰ ਕੀਤੀ ਹੋਈ ਆ ਉਸ ਸੰਬੰਧਿਤ ਥਾਣੇ ਜਾਂਦੀ ਆ, ਜਿੱਥੇ ਹਲਕੇ ਬੰਦਾ ਠਾਉਣਾ ਥਾਣੇ ਤੋਂ ਰਿਕਾਰਡ ਲੈਂਦੀ ਆ, ਫਿਰ ਪਾਸੇ ਆਸੇ ਥਾਣਿਆਂ ਤੋਂ ਰਿਕਾਰਡ ਲੈਂਦੀ ਆ ਵੀ ਜਿਹਨੇ ਬੰਦੇ ਜ਼ਿਆਦਾ ਪਰਚੇ ਹੋਣ ਉਹਨੂੰ ਉਹਨਾਂ ਸਾਨੂੰ ਅਸੀਂ ਉਹਨੂੰ ਉਹਨਾਂ ਵੱਧ ਵੱਡਾ ਅਹੁਦਾ ਦਿੰਦੇ ਹਾਂ। ਬਾਕੀ ਕਈ ਬੰਦੇ ਸਾਡੇ ਧੁੱਖ ਵੀ ਕਰ ਜਾਂਦੇ ਆ, ਫੋਟੋਆਂ ਲਿਆਉਂਦੇ ਆ, ਮਤਲਬ ਪੁਲਿਸ ਵਾਲੇ ਖੜੇ ਹੁੰਦੇ ਮਗਰ ਮੂੰਹ ਸਰਜਾ ਬੰਨ ਕੇ ਫੋਟੋ ਨਹੀਂ ਪਾਉਂਦੇ ਅਖਬਾਰ ਤੇ, ਇਹ ਮੇਰੀ ਫੋਟੋ ਆ ਜੀ, ਜਦੋਂ ਦੇ ਇਨਵੈਸਟੀਗੇਸ਼ਨ ਕਰਦੇ ਬੰਦਾ ਇਮਾਨਦਾਰ ਨਿਕਲ ਆਉਂਦਾ। ਮਤਲਬ ਸਾਡੇ ਨਾਲ ਇਹ ਹੋਈ ਹੈ ਇੱਕ ਗੰਦਾ, ਜਦੋਂ ਉਹਨੂੰ ਪਤਾ ਬੰਦੇ ਨਾਲ ਗੱਲ ਹੋਈ, ਜਦੋਂ ਉਹਨੂੰ ਦੱਸਿਆ ਵੀ ਇਹ 5 ਪਰਚੇ ਵਾਲੀ ਐਲੀਜੀਬਿਲਟੀ ਆ, ਤਾਂ ਉਹ ਮਹੀਨੇ ਕੁ ਬਾਅਦ ਆਇਆ, ਉਹ ਅਲੱਗ ਅਲੱਗ ਜਗ੍ਹਾ ਤੋਂ ਫੋਟੋ ਚੱਕ ਲਿਆ, ਦੇਖੋ ਜੀ ਇੱਥੇ ਵੀ ਪੁਲਿਸ ਵਾਲਿਆਂ ਦੇ ਪੈਰਾਂ 'ਚ ਬੈਠਾ, ਇੱਥੇ ਵੀ ਪੁਲਿਸ ਵਾਲਿਆਂ ਦੇ ਪੈਰਾਂ 'ਚ ਬੈਠਾ, ਬਟ ਮੂੰਹ ਬੰਨਿਆ ਹੋਇਆ ਸੀ, ਪਤਾ ਲੱਗਿਆ ਨਹੀਂ ਉਹਨਾਂ ਨੂੰ ਇਹ ਨਹੀਂ ਨਾ ਪਤਾ ਵੀ ਅਸੀਂ ਸਾਡੀ ਜਿਹੜੀ ਟੀਮ ਆ ਕੇ ਕਿੰਨੀ ਘੋਖ ਕਰਦੀ ਹੈ, ਉਹਨੇ ਸੋਚਿਆ ਫੋਟੋਆਂ ਬਲਦੇਵ ਇੱਕ ਵੱਡੀ ਗੱਲ ਆ ਵੀਰੇ ਕਿ ਪੰਜਾਬ ਦੇ ਵਿੱਚ ਜੋ ਦੋ ਅੱਛਾ ਵੱਡਾ ਸਵਾਲ ਜਿਹੜਾ ਮਾਫ ਕਰਨਾ ਰਹਿ ਗਿਆ ਸੀ ਫੰਡਾਂ ਬਾਰੇ ਕਿਵੇਂ ਕਰੋਗੇ ਜਿਹੜੇ ਪਾਰਟੀ ਤੁਸੀਂ ਚੋਣ ਲੜੋਗੇ ਜਿਵੇਂ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਸਾਹਿਬ ਨੇ ਰੰਗਲਾ ਪੰਜਾਬ ਬਣਾਇਆ ਹੋਇਆ ਥਾਂ ਥਾਂ ਤੇ ਫਲੈਕਸ ਬਣਾ ਕੇ ਜੀ ਬਹੁਤ ਫੰਡ ਦੀ ਲੋੜ ਹੈ ਜੀ ਤੁਹਾਨੂੰ ਸੋਸ਼ਲ ਮੀਡੀਆ ਤੇ ਕੰਪੇਨ ਚਲਾਉਣੀ ਆ ਸੜਕਾਂ ਤੇ ਫਲੈਕਸ ਬੋਰਡ ਲਾਉਣੇ ਆ ਜੀ ਹਨਾ ਪੇ ਆਫ ਕਰਨਾ ਪੱਤਰਕਾਰ ਸਾਰਾ ਮੀਡੀਆ ਤੁਹਾਨੂੰ ਪਤਾ ਵੀ ਪੈਸੇ ਬਿਨਾਂ ਨਹੀਂ ਕੰਮ ਚੱਲਦਾ ਤੁਹਾਡੀ ਪਾਰਟੀ ਨੂੰ ਫੰਡਿੰਗ ਕੌਣ ਕਰੂਗਾ ਜਿਹੜੀ ਸਾਡੀ ਸਭ ਤੋਂ ਜਿਹੜਾ ਫੰਡਿੰਗ ਦਾ ਵੱਡਾ ਸੋਰਸ ਹੈ ਜੀ ਉਹ ਹੈਗੇ ਨੇ ਸਾਡੇ ਇਮੋਸ਼ਨਲ NRIs ਇਮੋਸ਼ਨਲ NRIs ਹਾਂ ਉਹ ਕਿਉਂਕਿ ਬਸ ਸੌਰੀ ਸਰ ਜੀ ਅਸੀਂ ਬਸ ਪੰਚਰ ਨਾਰੇ ਲਾਉਣੇ ਆ ਵੀ ਪੰਜਾਬ ਜਿੰਦਾਬਾਦ ਪੰਜਾਬ ਬਚਾ ਲਾਂਗੇ ਪੰਜਾਬ ਮਰ ਰਿਹਾ ਫੰਡ ਸਾਡੇ ਕੋਲ ਢੇਰ ਬਾਹਰਲੇ ਬੰਦੇ ਨੇ ਸਾਨੂੰ ਢੇਰ ਲਾ ਦੇਣੇ ਬਈ ਕਿਉਂਕਿ ਉਹ ਨਾ ਜਦੋਂ ਇਲੈਕਸ਼ਨ ਆਉਂਦੀ ਹੈ ਉਹਨਾਂ ਨੂੰ ਉਦੋਂ ਕਿਤੇ ਨਾ ਕਿਤੇ ਲੱਗਦਾ ਹੁੰਦਾ ਵੀ ਦੇਖੋ ਜੀ ਹਨਾ ਪੰਜਾਬ ਲਈ ਕੋਈ ਨਵੇਂ ਬੰਦੇ ਉੱਠੇ ਆ ਜਿੱਦਾਂ ਅਲੱਗ ਅਲੱਗ ਪਾਰਟੀਆਂ ਅਲੱਗ ਅਲੱਗ ਸਮੇਂ ਦੇ ਖੜੀਆਂ ਹੋਈਆਂ ਉਹਨਾਂ ਨੂੰ NRIs ਨੇ ਬੜਾ ਫੰਡ ਦਿੱਤਾ ਜੀ ਇਹਦੇ ਲਈ ਸਾਡੇ ਲਈ ਜਿਹੜੀ ਸਭ ਤੋਂ ਖੂਬਸੂਰਤ ਚੀਜ਼ ਇਹ ਹੈ ਕਿ ਕੈਨੇਡਾ ਦੇ ਨਾਲ ਸਾਡਾ ਟਾਈਮ ਮੈਚ ਨਹੀਂ ਕਰਦਾ ਮੈਂ ਨਹੀਂ ਤੇ ਬਲਦੇਵ ਦੀ ਚਾਹ ਪੀਤੀ ਹੁੰਦੀ ਹੈ ਸਵੇਰੇ ਤੇ ਉਦੋਂ ਕੈਨੇਡਾ ਵਾਲਿਆਂ ਦੇ ਦੋ ਲੱਗੇ ਹੁੰਦੇ ਆ ਉਹਨਾਂ ਨੂੰ ਫਿਰ ਵਿੱਟੀ ਬਾਜਾ ਮਾਰਦੀ ਹੁੰਦੀ ਆ ਫਿਰ ਉਹ ਜਦੋਂ ਸਾਡੇ ਵਰਗੇ ਬੰਦੇ ਨੂੰ ਫੋਨ ਕਰਦੇ ਆ ਕਿ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਸਾਡੇ ਕੋਲ ਆਹ ਜਿਹੜਾ ਸਾਡਾ ਸਿਸਟਮ ਹੈ ਜਿਹੜਾ ਅਸੀਂ ਪਾਰਟੀ ਬਣਾਈ ਹੈ ਤੇ ਅੱਜ ਹੀ ਸਵੇਰੇ ਇੱਕ ਮੇਰੇ ਪਿੰਡ ਦੇ ਬੰਦੇ ਦਾ ਮੈਨੂੰ ਫੋਨ ਆ ਕੇ ਹਟਿਆ ਕਿ ਜੇ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਹੋ ਤਾਂ ਅਸੀਂ ਤੁਹਾਨੂੰ ਫੰਡ ਭੇਜਣਾ ਚਾਹੁੰਦੇ ਹਾਂ ਇਸ ਕਰਕੇ ਜਿਹੜਾ ਸਭ ਤੋਂ ਵੱਡਾ ਸੋਰਸ ਹੈ ਦੂਜਾ ਬਾਕੀ ਜਿਹੜੇ ਮਤਲਬ ਵੱਡੇ ਘਰਾਣੇ ਨੇ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਨੂੰ ਅਸੀਂ ਸਾਰਾ ਆਪਣਾ ਸਿਸਟਮ ਹੈਗਾ ਵੇਚਣਾ ਮਤਲਬ ਜਿਹੜੀਆਂ ਜਿਹੜੇ ਬਾਕੀ ਬਚ ਗਏ ਮਤਲਬ ਜਿਹੜੀਆਂ ਕੁਛ ਇਦਾਂ ਦੀਆਂ ਆਰਗੇਨਾਈਜੇਸ਼ਨ ਹੈ ਦਫ਼ਤਰ ਹੋ ਗਏ ਸੋਸਾਇਟੀਆਂ ਹੋ ਗਈਆਂ ਚੀਜ਼ਾਂ ਜਿਹਨਾਂ ਨੂੰ ਅਸੀਂ ਵੇਚਣੀਆਂ ਉਹ ਤੁਹਾਨੂੰ ਫੰਡ ਦੇ ਰਹੇ ਫੰਡ ਦੇਣਗੇ ਸਾਨੂੰ ਇਸ ਤੋਂ ਬਾਅਦ ਫਿਰ ਸਾਡੇ ਕੋਲ ਠੇਕੇਦਾਰ ਮਤਲਬ ਮਹਿਕਮਾ ਉਹ ਆ ਗਿਆ ਜਿਹਨਾਂ ਨੂੰ ਅਸੀਂ ਰੇਤੇ ਦੇ ਠੇਕੇ ਦੇਣੇ ਆ ਉਹ ਹੋ ਗਏ ਫਿਰ ਜੇ ਕਿਸੇ ਨੇ ਕੋਈ ਨਜਾਇਜ਼ ਕਬਜ਼ੇ ਕਰਨੇ ਆ ਕਿਸੇ ਨੇ ਕੋਈ ਦੁਕਾਨਾਂ ਤੇ ਮਤਲਬ ਡੇਲੀ ਬੰਨਣੀ ਆ ਟਰਾਈ ਕਰਨੀ ਸਵੇਰੇ ਸ਼ਾਮ ਇਹੋ ਜਿਹੇ ਬੰਦੇ ਸਾਡੇ ਕੋਲ ਅਸੀਂ ਫੰਡ ਉੱਥੋਂ ਇਕੱਠਾ ਕਰਾਂਗੇ ਜੀ ਜੀ ਠੀਕ ਹੈ ਅੱਛਾ ਇੱਕ ਗੱਲ ਇਹ ਆ ਵੀ 2017 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਜਿਵੇਂ ਸਾਡੇ ਹਲਕੇ ਬਠਿੰਡਾ ਦੇ ਹਾਥੀ ਤੋਂ ਰੁਪਿੰਦਰ ਕੌਰ ਰੂਬੀ ਜਿੱਤੀ ਆ ਉਹ ਛਾਲ ਮਾਰ ਕੇ ਕਾਂਗਰਸ ਚਲੀ ਗਈ ਜਾ ਕੇ ਉਧਰੋਂ ਉਹ ਲੀੜਾ ਪਵਾ ਲਿਆ ਗੱਲ ਦੇ ਵਿੱਚ ਤੇ ਉਹ ਉਮੀਦਵਾਰ ਬਣ ਜਾਣਾ ਉਹਨੇ ਕਿਤੋਂ ਨਾ ਕਿਤੋਂ ਮਿਲ ਜਾਣੀ ਆ ਹੋਰ ਬਹੁਤ ਸਾਰੇ ਡੱਡੂ ਛੜੱਪੇ ਮਾਰ ਕੇ ਦੂਜੀਆਂ ਪਾਰਟੀਆਂ 'ਚ ਚਲੇ ਗਏ ਜੀ ਇਹ ਕਿਸ ਗੱਲ ਦਾ ਕੀ ਭਰੋਸਾ ਵੀ ਕੱਲ੍ਹ ਨੂੰ ਤੁਹਾਡੇ ਕੋਈ ਉਮੀਦਵਾਰ ਜਿੱਤਦੇ ਆ ਤਾਂ ਹੋਰ ਪਾਰਟੀਆਂ ਦੇ ਵਿੱਚ ਜਾ ਕੇ ਲੋਕਾਂ ਨਾਲ ਉਹ ਵਿਸ਼ਵ
एक चलती होंगी है फिल्म परदे दे अगे एक होंगी है परदे दे पिछे ठीक है ना परदे दी अगे दी जिहड़ी फिल्म है वह पिछले 75 सालों तो लोगों ने देख ली है अच्छा असी परदे दी पिछे दी जिहड़ी असल सच्चाई है कि फिल्म तैयार किवें होंगी है असी वह लैके लोगों को आ रहे हैं भी जे हुण लोग साडू साडी सच्चाई नूं स्वीकार ना करनगे मतलब फिर उही चिकनियां चोपड़ियां गल्लां दे विच आउणगे असी स्पष्ट दस रहे हैं कि असी आह काम कर परदों तां कोई भी नहीं गया राजनीति आपां कहिंदे वी राजनीति पड़दे तां राजनीति चलदी नहीं गी असी वोटां तां इक दिन ही पाउणे 5 साल तां छित्री खाने आ जदों किसे नूं 5 सालां दे विच क्लीयर तां हुंदा ही हुण सानूं पता नहीं गा वी किहड़े मंत्री ने की करदा कि उहदा की बिजनेस आ की पता तां लोकां नूं हुंदा ही आ असी माड़ा जिहा ओपनली दस रहे हैं बस ओपनली दस रहे हैं बस इन्ना ही फर्क आ कोई होर फर्क नहीं हैगा जी अच्छा बेरोजगार अध्यापक जांदे आ पहलां कैप्टन की कोठी मूहरे बहिंदे सी उत्थे डांगा खांदे सी बदलिया की है चन्नी तो उन्होंने चन्नी के बाने नाल की होया उन्होंने धरने लाउण की जगह बदलनी पई है बेरोजगारां नूं जी हुण उत्थे जाके गुत्तां पटाई जांदियां कुड़ियां छित्र खाई जांदियां मास्टर तुसीं उन्हां लई की सुविधावां दोगे असीं उन्हां लई सब तो पहला तां साडा इह हैगा मकसद कि एक धरने लाउण वास्ते हरेक जिले दे विच एक स्पैशल जगह अलॉटमेंट करिए जी उत्थे प्रोपर बाथरूम होण लैटरीनां होण ठीक है उत्थे प्रोपर उन्हां वास्ते रसोई होए आपदा उत्थे बह के आपदा धरना लाउण इस तों इलावा असीं किसान यूनियन वास्ते भी जिहड़े टोल प्लाजे है उन्होंने उत्ते पक्के शैड पवा के देने ता कि कल जो कोई उन्होंने अपना धरना प्रदर्शन करना पैंता तो उन्होंने किसी प्रकार की जी समस्या वो ना आए टोल प्लाजा के उत्ते भी असं धरने लवावे जे वो चाहते हैं किसान साढ़े नाल सारिया जथेबंदियां गल कर सकते हैं भी जो चाहते हैं भी असं डीसी दफ्तर अगर सू जगह दो इतने ही लाइव बैके धरना असं उन्होंने मंगों उस तरीके ही मन के इस तो इलावा उत्थे असी निर्विघन सप्लाई जोड़ा भी समान उन्होंने चाहिए जो कुछ शाम को जो किसी का चित करा रहा जी करन नूं करदा वो भी दे देंगे इस करके असीं उन्हें पक्की जगह अलॉट करांगे आपके धरने उत्थे ला सकदे इतों बड़ा बाद असीं की करना असीं उद्दी इन्ने दे देने आ वी किसे नूं बेरोजगारी महसूस ही ना होवे असीं व्हाट्सएप प्रधान लाउणा इक फेसबुक प्रधान यूट्यूब प्रधान इंस्टाग्राम प्रधान अच्छा उद्दे वंड रहे आ तुसीं बहुत ज्यादा टिकटॉक दे लई संघर्ष लड़ा जाऊगा पूरा पहला नैशनल लैवल से हो गए फिर स्टेट वाइज हो गए फिर डिस्ट्रिक्ट वाइज हो गए फिर ब्लाक पद्धर से हो गए तो फिर पिंड हो गए देखो सानू साडे पिंड दिक्कत आई एक बंदे ने आपके जवाक का ना ही सीनियर मीत प्रधान सिंह रखता मतलब पहला प्रधान हो गए फिर वाइस प्रधान मीत प्रधान खजानची सैकटरी कोआर्डीनेटर इन्ने अहदे वंड देने असं इन्ने अहदे वंड देने भी किसी को पता ही ना लगे भी मैं बेरोजगार हाँ जी मैं सीनियर मीत प्रधान सिंह वाली गल किया हूँ मतलब ये चक्कर पिया इतने वो बंदा थोड़ा जहा सियाना सी जी वो जवाक का ना रखी बेटा कहना मेरे मैं कहना मुंडे का ना रखा सीनियर मीत प्रधान सिंह जी मैं कहा यार ये सीनियर मीत प्रधान तो पार्टियां ने लाने होंगे भी तू सीनियर मीत प्रधान सिंह जवाक का ना ही रखी बैठा वह आता यार कल एवं उदा लैन की खातर तो कहना एवं किसी लीडर के मगर तुरै फिरूगा कहना ना ही सीनियर मीत प्रधान सिंह रखता कहता हूँ इन फीलिंग आई जाया करूगी क्या बात थोड़े प्रधान साहब का ड्रैस कोड अज्ञे मंत्री आना रवायती ड्रैस कोड है थोड़ा जीन के नाल यह की ड्रैस कोड है ਇਹ ਵੀ ਪਹਿਲਾਂ ਮੈਂ ਵੀ ਕੁੜਤੇ ਜਮੇ ਪਾਉਂਦਾ ਹੁੰਦਾ ਸੀ ਜੀ ਜਾਕਟਾਂ ਉੱਤੋਂ ਦੀ ਤੇ ਇਹ ਭਰਾਵਾ ਮੇਰੇ ਕੁੜਤੇ ਜਮੇ ਕਿਸਾਨੀ ਅੰਦੋਲਨ ਨੇ ਲਵਾਤੇ ਅੱਛਾ ਉੱਥੇ ਤਾਂ ਲੋਕ ਰਹੇ 2-4 ਮਹੀਨੇ 6 ਮਹੀਨੇ ਤੋਂ ਲੋਕਾਂ ਨੂੰ ਮੜੇ ਪਾਦਾ ਲੱਗ ਗਿਆ ਉਹ ਸਾਨੂੰ ਪਿੰਡਾਂ 'ਚ ਘੇਰਨ ਲੱਗ ਪਏ ਠੀਕ ਹੈ ਉਹ ਚੱਕਰ ਕੀ ਪੈ ਗਿਆ ਉਹ ਚਿੱਟਾ ਕੁੜਤੇ ਜਮੇ ਜਾਮਾ ਵੇਖ ਕੇ ਚੱਕ ਲੈਂਦੇ ਸੀਗੇ ਸਾਡੀ ਸਭ ਤੋਂ ਵੱਡੀ ਸਮੱਸਿਆ ਕੀ ਆ ਜਦੋਂ ਲੋਕ ਜਾਗਰੂਕ ਹੋ ਗਏ ਜਦੋਂ ਲੋਕ ਜਿਵੇਂ ਜਿਵੇਂ ਲੋਕ ਜਾਗਰੂਕ ਹੋਣਗੇ ਸਾਡੇ ਤੇ ਚਿੱਟੇ ਕੁੜਤੇ ਜਮੇ ਲੋਕ ਪਾੜਨਗੇ ਬਈ ਠੀਕ ਹੈ ਸਾਈਡ ਹੋਲਣਗੇ ਹਾਂ ਹੁਣ ਮੈਂ ਤਾਂ ਮਤਲਬ ਹੁਣ ਮਾਹੌਲ ਬਦਲ ਗਿਆ ਕਿਸਾਨੀ ਬਿੱਲ ਵਾਪਸ ਹੋ ਗਿਆ ਮੈਂ ਪੜਿਆ ਇਹ ਵੀ ਹੁਣ ਸਾਡਾ ਕੀ ਹੁਣ ਲੋਕ ਭੁੱਲ ਗਏ ਲੋਕ ਮੌਲਾਂ 'ਚ ਉਹਨਾਂ 'ਚ ਫਿਰ ਜਾਣ ਲੱਗ ਪਏ ਤੇ ਬੰਦ ਕੀਤੇ ਸੀਗੇ ਰਾਜਨੀਤਿਕ ਪਾਰਟੀਆਂ 'ਚ ਫਿਰ ਔਰ ਲੈਂਸ ਦੇ ਪੰਪਾਂ 'ਤੇ ਤੇਲ ਪਵਾਉਣਾ ਸ਼ੁਰੂ ਕਰਤਾ ਲੈਂਸ 'ਚ ਸ਼ਾਪਿੰਗ ਕਰਨੀ ਸ਼ੁਰੂ ਕਰਤੀ ਪਾਰਟੀਆਂ 'ਚ ਹੁਣ ਸਾਰੀਆਂ ਹੋ ਰਹੀਆਂ ਲੋਕ ਰੈਲੀਆਂ 'ਚ ਫਿਰ ਜਾ ਰਹੇ ਆ ਤੇ ਮੈਂ ਫਿਰ ਕਹਤਾ ਦਰਜੀ ਸਾਹਿਬ ਦਰਜੀ ਨੂੰ ਮੈਂ ਕਿਹਾ ਜੀ ਵੀ ਸਵਾ ਦਿਓ ਕੁੜਤੇ ਜਮੇ ਵੀ ਸਵਾਈ ਦੇ ਦੀ ਸਵਾਈ ਬਲਦੇਵ ਸਵਾਈ ਦੇ ਵੇਖਾਂਗੇ ਚਲ ਮੌਕੇ ਤੇ ਸਵਾਈ ਤਾਂ ਦੇਖੋ ਦੇਣੀ ਪਊਗੀ ਉਸ ਤੋਂ ਬਾਅਦ ਆਡੀਓ ਬਹੁਤ ਵਾਇਰਲ ਹੁੰਦੀਆਂ ਇਹ ਤਾਂ ਦੇਖੋ ਤੁਹਾਡੀ ਪਾਰਟੀ ਨੂੰ ਢਾ ਲੱਗ ਸਕਦੀ ਹੈ ਇਹ ਲੋਕਾਂ ਦੀ ਮਤਲਬ ਮਿਹਰਬਾਨੀ ਸੀ ਸਾਡੀ ਸਭ ਤੋਂ ਵੱਡੀ ਸਮੱਸਿਆ ਕਿ ਫਿਰ ਮੈਂ ਕਹਿੰਦਾ ਕਿ ਜਿਵੇਂ ਜਿਵੇਂ ਲੋਕ ਜਾਗਰੂਕ ਹੋਣਗੇ ਸਾਡੇ 'ਚ ਅੱਗੇ ਪੱਟਣਗੇ ਸਾਡੀ ਕੋਸ਼ਿਸ਼ ਹੀ ਹੈ ਕਿ ਲੋਕ ਜਾਗਰੂਕ ਨਾ ਹੋਣ ਨਹੀਂ ਤਾਂ ਫਿਰ ਸਾਨੂੰ ਐ ਲੋਕਾਂ ਨੂੰ ਐ ਆਉਣਾ ਪਊ ਲੋਕਾਂ ਦੇ ਵਿੱਚ ਠੀਕ ਹੈ ਇੱਕ ਹੋਰ ਗੱਲ ਬੜਾ ਵੱਡਾ ਸਵਾਲ ਆ ਵੀ ਪੰਜਾਬ ਦੀ ਜਵਾਨੀ ਦੇ ਪ੍ਰਵਾਸ ਨੂੰ ਲੈ ਕੇ ਬੜਾ ਵੱਡਾ ਚੱਲਦਾ ਜਿਵੇਂ ਆਪਾਂ ਬਠਿੰਡੇ ਖੜੇ ਆ ਜੀਤ ਰੋਡ ਤੇ ਸੈਂਟਰ ਬਣੇ ਹੋਏ ਨੇ ਆਈਲਟ ਸੈਂਟਰ ਬਣੇ ਹੋਏ ਆ ਨੌਜਵਾਨ ਲਗਾਤਾਰ ਬਾਹਰ ਜਾ ਰਹੇ ਆ ਤੇ ਜਿਹੜੇ ਕੁਝ ਬਦਮਾਨ ਬੰਦੇ ਆ ਉਹ ਰੋਕਣਾ ਚਾਹੁੰਦੇ ਆ ਵੀ ਬ੍ਰੇਨ ਡਰੇਨ ਨਾ ਹੋਵੇ ਤੁਹਾਡੀ ਪਾਰਟੀ ਦਾ ਕੀ ਵਿਚਾਰ ਮੈਂ ਦੇਖੋ ਜੀ ਪਹਿਲਾਂ ਇੱਕ ਤੁਹਾਨੂੰ ਮੈਂ अपनी क्राइटेरिया दस्या कि असी इन्ना इन्ना बंदे नूं टिकटां देनियां जी दूजे नंबर ते साडी कोशिश हैगी है कि जिन्ना भी पढ़िया लिखिया यूथ है वह पंजाब दे विच ना रहे जिहड़ा बंदा पढ़ू लिखूगा वह सानूं सवाल करूगा बिल्कुल ठीक है इसे करके तो पिछले दिन ही बादल साहब ने कहा 10 लाख का लोन देंगे ठीक है बाहर भेजण वास्ते बाहर भेजण वास्ते ठीक है मैं तो कहा सीगा असी आलस दे बैंड मुल लैके देंगे असं आईलैट्स करावे किसी के बैंड नहीं कहने का मतलब यह है कि जे माड़ा मोटा भी थोड़े को पढ़िया लिखा बच गया ये चीज़ की सानू बड़ी समस्या आनी आने वाले समय के जो अभी आपका मंत्री संतरी बनाएंगे उस तो बाद की होगा कि जे माड़ा मोटा कोई पढ़िया लिखा बंदा इतने रह गया उन्हें सानू चकने सवाल तो वो असं चकन नहीं देने राजनीति की होंगी ना राजनीति आम बंद 20 साल एडवांस होंगी है जी जो लीडर बनना फिर सौखा नहीं लीडर बनना सूँ पता कि लीडरी कर रहे हैं साड़ी कोशिश है भी आने वाले 20 सालों तक साढ़े को बंदा बोलने ना रहे सूँ कोई सवाल करने वाला बंदा ना रहे इतने
ਠੀਕ ਹੈ ਜਿਵੇਂ ਲੋਕ ਪੜੀ ਜਾਂਦੇ ਆ ਅਸੀਂ ਬਾਹਰ ਭੇਜੀ ਜਾਂਦੇ ਆ ਉਹ ਬਾਹਰ ਜਾ ਕੇ ਚਲੋ ਲੋਕ ਸੈੱਟ ਹੋਈ ਜਾਂਦੇ ਸਾਨੂੰ ਜਦੋਂ ਸਾਡੀ ਦਾ ਸਭ ਤੋਂ ਵੱਡੀ ਮਤਲਬ ਦੁਸ਼ਮਣ ਜਮਾਤ ਕੌਣ ਹੈ ਲੀਡਰਾਂ ਦੀ ਜਾਗਰੂਕ ਪੜਿਆ ਲਿਖਿਆ ਜਾਗਰੂਕ ਬੰਦਾ ਉਹ ਅਸੀਂ ਇੱਕ ਨਹੀਂ ਛੱਡਣਾ ਆਪਦੇ ਸਾਰੇ ਬਾਹਰ ਭੇਜ ਇੱਕ ਇੱਕ ਸਵਾਲ ਹੋਰ ਆਉਂਦਾ ਹੈ ਪੰਜਾਬ ਪਿੰਡਾਂ ਦੇ ਵਿੱਚ 25-25 30-30 ਕਿੱਲਿਆਂ ਵਾਲੇ ਜਿਹੜੇ ਜ਼ਿਮੀਦਾਰ ਹੈ ਉਹ ਵੀ ਆਟਾ ਦਾਲ ਦੇ ਕਾਰਡ ਬਣਵਾਈ ਬੈਠਦੇ ਸਨਮਾਨਿਤ ਕਰਾਂਗੇ ਅਸੀਂ ਉਹਨਾਂ ਨੂੰ ਜੀ ਤੁਸੀਂ ਕੀ ਕਹੋਗੇ ਸਨਮਾਨਿਤ ਕਰਾਂਗੇ ਅਸੀਂ ਦੋ ਤਿੰਨ ਵਾਰਡ ਸ਼ੁਰੂ ਕਰ ਰਹੇ ਹਾਂ ਜੀ ਇੱਕ ਤਾਂ ਉਹ ਬੰਦੇ ਜਿਹੜੇ ਬੰਦੇ ਕੋਲ ਜ਼ਮੀਨਾਂ ਜ਼ਿਆਦਾ ਤਾਂ ਹੈਗੀਆਂ ਮਤਲਬ ਉਹ ਨਰੇਗਾ ਦੀ ਕਾਰਡ ਬਣਾਈ ਬੈਠੇ ਜਾਂ ਹੋਰ ਗਰੀਬ ਬੈਠੇ ਆ ਤਾਂ ਅਸੀਂ ਜਿਹੜਾ ਸੰਬੰਧਿਤ ਡੀਸੀ ਸਾਹਿਬ ਉਹ ਤੋਂ ਇੱਕ ਮਰੀ ਜ਼ਮੀਰਾ ਵਾਰਡ ਸ਼ੁਰੂ ਕਰ ਰਹੇ ਹਾਂ ਉਹ ਦਵਾਇਆ ਕਰਾਂਗੇ ਉਹਨਾਂ ਤੋਂ ਜੀ ਉਸ ਤੋਂ ਬਾਅਦ ਜਿਹੜੇ ਸਰਪੰਚੀ ਦੇ ਇਲੈਕਸ਼ਨ ਹੁੰਦੇ ਆ ਪਿੰਡ ਦੇ ਵਿੱਚ ਤੇ ਅਸੀਂ ਵੱਧ ਕੇ ਪੈਸੇ ਲਾਉਣੇ ਆ ਵੀ ਉਹਨੇ 15 ਲੱਖ ਲਾਤਾ ਅਸੀਂ 20 ਲੱਖ ਰੁਪਇਆ ਲਾਤਾ ਹਾਂ ਕਰੋੜਾਂ 'ਚ ਜਾਣ ਲੱਗ ਗਿਆ ਕੰਮ ਇਹ ਫਿਰ ਉਹ ਜ਼ਮੀਨਾਂ ਜਮੂਨਾਂ ਵੇਚਦੇ ਆ ਬਿਜ਼ਨਸ ਵੀ ਵੇਚਦੇ ਜਿਹੜੇ ਫੇਲ ਹੁੰਦੇ ਆ ਉਹਨਾਂ ਵਾਸਤੇ ਡੀਸੀ ਸਾਹਿਬ ਤੋਂ ਝੁੱਗਾ ਚੌੜ ਇੱਕ ਸਨਮਾਨ ਦਵਾਇਆ ਕਰਾਂਗੇ ਉਹ 5 ਸਾਲਾਂ ਬਾਅਦ ਜਿਹੜਾ ਸਭ ਤੋਂ ਬੈਸਟ ਹੋਇਆ ਕਰੂਗਾ ਪਿੰਡਾਂ ਦੇ ਵਿੱਚ ਹਲਕੇ ਦੇ ਵਿੱਚ ਉਹਨੂੰ ਦਵਾਇਆ ਕਰਾਂਗੇ ਹਾਂ ਅੱਛਾ ਹੁਣ ਜਾਂਦੇ ਸਮਾਂ ਵੀ ਦਰਸ਼ਕਾਂ ਦਾ ਕਾਫੀ ਲੈ ਲਿਆ ਆਪਾਂ ਤੁਹਾਡੀ ਪਾਰਟੀ ਦਾ ਚੋਣ ਨਿਸ਼ਾਨਾ ਕਾਪਾ ਜੀ ਇਹ ਤੁਹਾਨੂੰ ਕੁਦਰਤੀ ਐਵੇਂ ਮਿਲਿਆ ਚੋਣ ਕਮਿਸ਼ਨ ਵੱਲੋਂ ਜੀ ਜਾਂ ਤੁਸੀਂ ਇਹ ਮਿਥ ਕੇ ਲਿਆ ਜੀ ਅੱਛਾ ਕਾਪਾ ਬਿਲਕੁਲ ਪੂਰਾ ਪਲੈਨਿੰਗ ਨਾਲ ਲਿਆ ਜੀ ਦੇਖੋ ਜਿਹੜਾ ਬੰਦਾ ਨਾਂ ਸਾਡੇ ਹਿਸਾਬ ਚ ਆਇਆ ਫਿਰ ਕਾਪਾ ਸਾਡਾ ਜਿਹੜਾ ਚੋਣ ਨਿਸ਼ਾਨਾ ਉਹ ਛਾਂਗਿਆ ਛਾਂਗਣਾ ਜਿਵੇਂ ਤੂਤ ਨਹੀਂ ਛਾਂਗਦੇ ਮਲਬੌਰੀ ਦੇ ਜਿਹੜੇ ਹੁੰਦੇ ਟੋਕਰੇ ਬਣਾਉਂਦੇ ਆ ਤੂਤ ਛਾਂਗਦੇ ਹੁੰਦੇ ਆ ਨਾ ਮੁੜੀ ਜਦਾਤੀ ਹੁੰਦੀ ਆ ਬਿਲਕੁਲ ਇਹ ਕਾਪਾ ਛਾਂਗ ਦੇਣਾ ਸੀ ਠੀਕ ਹੈ ਛੱਡਣਾ ਨਹੀਂ ਕੋਈ ਪੰਜਾਬ ਦੇ ਵਿੱਚ ਨਾ ਤਾਂ ਕੋਈ ਪੜਾ ਲਿਖਾ ਮੁੰਡਾ ਛੋੜੀ ਛੱਡਣੇ ਆ ਨਾ ਕੋਈ ਫਿਟਨੈਸ ਵਾਲਾ ਬੰਦਾ ਛੱਡਣਾ ਨਾ ਕੋਈ ਇਮਾਨਦਾਰ ਬੰਦਾ ਛੱਡਣਾ ਮਤਲਬ ਪੂਰਾ ਕਾਪਾ ਫਿਰ ਦੇਣਾ ਸੀ ਸਾਰੇ ਦੇ ਬਿਲਕੁਲ ਸੋ ਇਹ ਸਨ ਸਾਡੇ ਨਾਲ ਚੱਕ ਲਓ ਰੱਖ ਲਓ ਪਾਰਟੀ ਦੇ ਪ੍ਰਧਾਨ ਤੇ ਨਾਲ ਹਲਕਾ ਗਿੱਦੜਬਾਹਾ ਤੋਂ ਬਲਦੇਵ ਸਿੰਘ ਐਮਐਲਏ ਦੇ ਦਾਅਵੇਦਾਰ ਹੋਰ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਚੋਣ ਮੈਦਾਨ ਦੇ ਵਿੱਚ ਨਿੱਤਰ ਰਹੀਆਂ ਤੇ ਨਾਲ ਇਹ ਪਾਰਟੀ ਨਿੱਤਰ ਰਹੀ ਹੈ ਦੇਖਦੇ ਹਾਂ ਕੀ ਬਣਦਾ ਠੀਕ ਹੈ ਸਤਿ ਸ਼੍ਰੀ ਅਕਾਲ ਜੀ।